ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀ ਟੀਵੀ ਤੇ ਮੈਂ ਰਸ਼ਪਿੰਦਰ ਸਿੰਘ। ਜਨਮ ਅਸ਼ਟਮੀ ਦਾ ਤਿਉਹਾਰ ਭਵਾਨੀਗੜ੍ਹ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕਾਂ ਦਾ ਭਰਵਾਂ ਇਕੱਠ। ਇਹ ਤਸਵੀਰ ਰਾਧਾ ਕ੍ਰਿਸ਼ਨ ਮੰਦਿਰ ਭਵਾਨੀਗੜ੍ਹ ਤੋਂ ਹੈ, ਜਿੱਥੇ ਸੰਗਤਾਂ ਦਾ ਇਕੱਠ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ, ਭਾਰੀ ਇਕੱਠ ਸੰਗਤਾਂ ਦਾ। ਜਨਮ ਅਸ਼ਟਮੀ ਦਾ ਤਿਉਹਾਰ ਰਾਤ 12 ਵਜੇ ਕ੍ਰਿਸ਼ਨ ਜੀ ਦਾ ਕੇਕ ਕੱਟ ਕੇ ਮਨਾਇਆ ਜਾਂਦਾ। ਉੱਥੇ ਹਲਕਾ ਸੰਗਰੂਰ ਤੋਂ ਵਿਧਾਇਕ MLA ਨਰਿੰਦਰ ਕੌਰ ਭਰਾਜ ਦੇ ਵੱਲੋਂ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ ਆਪਣੀ ਟੀਮ ਦੇ ਨਾਲ। ਉਹਨਾਂ ਦੇ ਨਾਲ ਉਹਨਾਂ ਦੀ ਟੀਮ ਹਰਦੀਪ ਸਿੰਘ ਤੂਰ, ਟਰੱਕ ਯੂਨੀਅਨ ਪ੍ਰਧਾਨ ਭਵਾਨੀਗੜ੍ਹ ਗੁਰਮੀਤ ਬਖੋਪੀਰ, ਰਾਮ ਗੋਇਲ, ਸੁਰਿੰਦਰ ਕੌਰ ਅਤੇ ਗਗਨਦੀਪ ਸੋਹੀ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਤੁਹਾਨੂੰ ਮੌਜੂਦ ਆ ਰਹੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ MLA ਸਾਹਿਬ ਦੇ ਵੱਲੋਂ ਹਾਜ਼ਰੀ ਲਵਾਈ ਜਾ ਰਹੀ ਹੈ ਆਪਣੀ ਸੰਗਤਾਂ ਦੇ ਵਿੱਚ ਬੈਠ ਕੇ। ਇਹ ਤਸਵੀਰਾਂ ਦੁਰਗਾ ਮੰਦਿਰ ਭਵਾਨੀਗੜ੍ਹ ਤੋਂ ਨੇ, ਜਿੱਥੇ ਸੰਗਤਾਂ ਦਾ ਭਾਰੀ ਇਕੱਠ ਤੁਸੀਂ ਇੱਥੇ ਵੀ ਦੇਖਣ ਨੂੰ ਤੁਹਾਨੂੰ ਮਿਲ ਰਿਹਾ। ਭਵਾਨੀਗੜ੍ਹ ਦੇ ਵੱਖ ਵੱਖ ਮੰਦਿਰਾਂ ਦੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਬੜੀ ਧੂਮਧਾਮ ਦੇ ਨਾਲ। ਛਬੀਲ ਲਗਾਈ ਗਈ ਹੈ ਮੰਦਿਰ ਵਾਸੀਆਂ ਦੇ ਵੱਲੋਂ ਅਤੇ ਝਾਕੀਆਂ ਦਾ ਨਜ਼ਰੀਆ ਤੁਸੀਂ ਦੇਖ ਰਹੇ ਹੋ ਝਾਕੀਆਂ ਨੂੰ, ਜਿੱਥੇ ਨੌਜਵਾਨਾਂ ਦੇ ਵੱਲੋਂ ਨਗਰ ਕੌਂਸਲ ਭਵਾਨੀਗੜ੍ਹ ਦੇ ਵਿੱਚ ਕ੍ਰਿਸ਼ਨ ਜਾਖੜ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਝਾਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਅਤੇ ਤਸਵੀਰਾਂ ਦੇਖ ਰਹੇ ਹੋ ਤੁਸੀਂ। ਇਹ ਤਸਵੀਰਾਂ ਨੇ ਸ਼ੀਵ ਮੰਦਿਰ ਡੀਪੂ ਵਾਲਾ ਭਵਾਨੀਗੜ੍ਹ ਦੀਆਂ, ਜਿੱਥੇ ਕਥਾ ਸੁਣਾਈ ਗਈ 12 ਵਜੇ ਤੱਕ ਅਤੇ ਬਾਅਦ ਦੇ ਵਿੱਚ ਛੱਪਣ ਭੋਗ ਤੁਸੀਂ ਦੇਖ ਰਹੇ ਹੋ। ਸ਼ੀਵ ਮੰਦਿਰ ਭਵਾਨੀਗੜ੍ਹ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਨ, ਉਹਨਾਂ ਦਾ ਛੱਪਣ ਭੋਗ ਲੱਗਦਾ ਅਤੇ ਵੱਖ ਵੱਖ ਥਾਵਾਂ 'ਤੇ ਦੇਸ਼ ਭਰ ਦੇ ਵਿੱਚ ਰਾਤ 12 ਵਜੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਜਾਂਦਾ ਸੰਗਤਾਂ ਦੇ ਵੱਲੋਂ। ਭਵਾਨੀਗੜ੍ਹ ਦੇ ਵੱਖ ਵੱਖ ਮੰਦਿਰਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ, ਜਿੱਥੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਅਤੇ ਕਲਾਕਾਰਾਂ ਦੇ ਵੱਲੋਂ ਆਪਣੀ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਛੱਪਣ ਭੋਗ ਲਗਾਉਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ 12 ਵਜੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਜਾਣਾ। ਅਤੇ ਉੱਥੇ ਹੀ ਯਾਦਵ ਮੋਮੋਜ ਫਾਸਟ ਫੂਡ ਵੱਲੋਂ ਵੀ ਛਬੀਲ ਦਾ ਲੰਗਰ ਲਗਾਇਆ ਗਿਆ ਜਨਮ ਅਸ਼ਟਮੀ ਦੇ ਮੌਕੇ। ਸੁੰਦਰ ਕੇਕ ਕਰਦਿਆਂ ਗੱਲ ਕੀ ਕਹਿਣਾ ਮੰਦਿਰ ਸ਼ਰਧਾਲੂਆਂ ਦਾ ਅਤੇ MLA ਹਲਕਾ ਨਰਿੰਦਰ ਕੌਰ ਭਰਾਜ ਦਾ? ਬਿਲਕੁਲ, ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਉਹਨਾਂ ਦਾ ਜਨਮ ਦਿਵਸ ਹੈ, ਅੱਜ ਅਵਤਾਰ ਉਹਨਾਂ ਦਾ ਅਵਤਾਰ ਦਿਹਾੜਾ। ਸੋ ਉਹਨੂੰ ਮੁੱਖ ਰੱਖਦੇ ਹੋਏ ਅੱਜ ਮੰਦਿਰ ਦੇ ਵਿੱਚ, ਸਾਰੇ ਭਵਾਨੀਗੜ੍ਹ ਦੇ ਮੰਦਿਰਾਂ ਦੇ ਵਿੱਚ ਬੜੀ ਰੌਣਕ ਹੈ, ਕਿਉਂਕਿ ਬੜੇ ਧੂਮਧਾਮ ਦੇ ਨਾਲ ਅੱਜ ਉਹਨਾਂ ਦਾ ਜਿਹੜੀ ਜਨਮ ਅਸ਼ਟਮੀ ਨੂੰ ਮਨਾਇਆ ਜਾ ਰਿਹਾ। ਸੋ ਭਗਵਾਨ ਕ੍ਰਿਸ਼ਨ ਜਿਨ੍ਹਾਂ ਨੇ ਖੁਦ ਜਿਹੜੇ ਕਈ ਅਵਤਾਰ ਲੈ ਕੇ ਜਿਹੜੇ ਲੋਕਾਂ ਨੂੰ ਜਿਹੜਾ ਇੱਕ ਸਮਾਜ ਦੇ ਵਿੱਚ ਬੁਰਾਈਆਂ ਖਤਮ ਕਰਨ ਦੇ ਲਈ ਜਿਹੜਾ ਮੈਸੇਜ ਦਿੱਤਾ, ਸੁਨੇਹਾ ਦਿੱਤਾ। ਸੋ ਅੱਜ ਮੈਂ ਇਸ ਪਵਿੱਤਰ ਦਿਹਾੜੇ 'ਤੇ, ਇਸ ਸ਼ੁਭ ਅਵਸਰ 'ਤੇ ਸਾਰੇ ਪੰਜਾਬ ਦੇ ਲੋਕਾਂ ਨੂੰ, ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਜਿਹੜੀ ਮੈਂ ਮੁਬਾਰਕਬਾਦ ਦਿੰਦੀ ਹਾਂ। ਖਿਆਲ ਹੈ ਪੂਰੇ ਦੇਸ਼ ਦੇ ਵਿੱਚ ਹੀ ਜਿਹੜਾ ਜਨਮ ਅਸ਼ਟਮੀ ਦਾ ਇਹ ਅੱਜ ਪਾਵਨ ਅਤੇ ਪਵਿੱਤਰ ਦਿਹਾੜਾ, ਉਹ ਸਾਰੇ ਦੇਸ਼ ਦੇ ਵਿੱਚ ਪੂਰੇ ਹਰਸ਼ੋ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ। ਦੁਰਗਾ ਮਾਤਾ ਮੰਦਿਰ ਕਮੇਟੀ ਭਵਾਨੀਗੜ੍ਹ ਦੇ ਵਿੱਚ ਅੱਜ ਪ੍ਰਧਾਨ ਸਾਹਿਬ ਦਾ ਹੁਕਮ ਹੋਇਆ ਸੀ ਵੀ ਤੁਸੀਂ ਵੀ ਇੱਥੇ ਆਉਣਾ। ਸ਼ਾਮ ਨੂੰ, ਸਵੇਰੇ ਵੀ ਮੈਂ ਦਰਸ਼ਨ ਕਰਨ ਆਇਆ ਸੀ ਅਤੇ ਮਨੀਸ਼ ਜੀ ਦਾ ਜਦੋਂ ਹੁਕਮ ਹੋਇਆ ਤਾਂ ਮੈਂ ਸ਼ਾਮ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇੱਥੇ ਆਇਆ। ਔਰ ਜੇ ਸੱਚ ਪੁੱਛੋ ਤਾਂ ਮਨ ਦੇ ਵਿੱਚ ਜਦੋਂ ਇਸ ਮੰਦਿਰ ਦੇ ਉੱਤੇ ਐਂਟਰ ਕਰਦੇ ਹਾਂ, ਕਿਉਂਕਿ ਮੈਂ ਇਸ ਮੰਦਿਰ ਦੇ ਨਾਲ ਉਸ ਸਮੇਂ ਦਾ ਜੁੜਿਆ ਹੋਇਆ ਜਦੋਂ ਮਹਿਜ ਇੱਕ ਛੋਟਾ ਜਿਹਾ ਇਹ ਮਤਲਬ ਇਸ ਤਰ੍ਹਾਂ ਦੀ ਜਗ੍ਹਾ ਸੀਗੀ ਵੀ ਜਿਹਦੇ ਵਿੱਚ ਕੋਈ ਵੀ ਨਾ ਤਾਂ ਕੋਈ ਕਮਰੇ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੰਦਿਰ ਦਾ ਜਿਹੜਾ ਪ੍ਰਾਂਗਣ ਸੀ ਉਹ ਵੀ ਇੱਕ ਮਤਲਬ ਖੰਡਰ ਜਿਹੜਾ, ਮਤਲਬ ਖੰਡਰ ਨਹੀਂ ਕਹਿ ਸਕਦੇ ਵੀ ਇੱਕ ਮਤਲਬ ਕੋਈ ਵਧੀਆ ਤਰੀਕੇ ਨਾਲ ਨਹੀਂ ਬਣਿਆ ਹੋਇਆ ਸੀ। ਮੈਂ ਜਿੱਥੇ ਮਨੀਸ਼ ਜੀ ਇਹਨਾਂ ਦੇ ਪ੍ਰਧਾਨ ਸਾਹਿਬ ਦੀ ਔਰ ਜਿਹੜੇ ਪਰਿਵਾਰ ਨੇ ਇਸ ਜਗ੍ਹਾ ਦਾਨ ਕੀਤੀ, ਬਾਬੂ ਪਰਮਾਨੰਦ ਜੀ, ਸਚਦੇਵਾ ਪਰਿਵਾਰ ਮੇਰੇ ਨਾਲ ਖੜ੍ਹੇ ਆ ਬਾਬੂ ਜੀ, ਇਹਨਾਂ ਸਾਰੇ ਪਰਿਵਾਰਾਂ ਨੇ ਮਤਲਬ ਪੂਰੀ ਮਿਹਨਤ ਔਰ ਤਸ਼ੱਦਦ ਦੇ ਨਾਲ ਇਸ ਪ੍ਰਾਂਗਣ ਨੂੰ ਸਜਾਇਆ। ਔਰ ਮੰਦਿਰ ਕਮੇਟੀ ਦੇ ਪ੍ਰਧਾਨ ਸਾਹਿਬ ਮਨੀਸ਼ ਜੀ ਔਰ ਇਹਨਾਂ ਦੀ ਕਮੇਟੀ ਜਿਨ੍ਹਾਂ ਨੇ ਮਤਲਬ ਪੂਰੀ ਦਿਨ ਰਾਤ ਮਿਹਨਤ ਕਰਕੇ ਅੱਜ ਇਲਾਕੇ ਦੇ ਵਿੱਚ ਇੱਕ ਐਸਾ ਮੰਦਿਰ ਇਹ ਸਥਾਪਿਤ ਕਰਤਾ ਵੀ ਜਿਹਦੇ ਵਿੱਚ ਮੈਨੂੰ ਐਂ ਲੱਗਦਾ ਵੀ ਸਾਡੇ ਇਲਾਕੇ ਦੇ ਵਿੱਚ ਇਹ ਸਭ ਤੋਂ ਵਧੀਆ ਮੰਦਿਰ ਹੈ। ਮੈਂ ਅਜੇ ਕੁਮਾਰ, ਬ੍ਰਹਮਚਾਰੀ ਸ਼੍ਰੀ ਗੰਗਾ ਵਿਸ਼ਨਾਥ ਪ੍ਰਾਂਸ਼ੀ ਸ਼੍ਰੀ ਮੰਦਿਰ ਕਮੇਟੀ ਵੱਲੋਂ ਮੰਦਿਰ ਵਿੱਚ ਆਈ ਹਾਂ ਜਨਮ ਅਸ਼ਟਮੀ ਦੇ ਮੌਕੇ, ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅੱਜ ਅਸੀਂ ਜਨਮ ਅਸ਼ਟਮੀ ਦਾ ਤਿਉਹਾਰ ਮਨਾ ਰਹੇ ਹਾਂ ਜੀ, ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈਗਾ ਅਤੇ ਬੜੀ ਧੂਮਧਾਮ ਮਨਾਏ ਜਾ ਰਹੇ ਹਾਂ। ਸ਼ਾਮ ਸਚਦੇਵਾ, ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਮੰਦਿਰ 'ਚ। ਅੱਜ ਅਸੀਂ ਗਊਸ਼ਾਲਾ ਮੰਦਿਰ ਭਵਾਨੀਗੜ੍ਹ ਦੇ ਵਿੱਚ ਅਸ਼ਟਮੀ ਦਾ ਤਿਉਹਾਰ ਮਨਾ ਰਹੇ ਹਾਂ। ਅੱਜ ਜਿਹੜਾ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ ਬੜਾ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈਗਾ ਅਤੇ ਇੱਥੇ ਹਰ ਤਰ੍ਹਾਂ ਦਾ ਅਸੀਂ ਜੋ ਅਸੀਂ ਸੰਗਤਾਂ ਲਈ
ਇੱਥੇ ਖਾਣ ਪੀਣ ਦੇ ਲੰਗਰ ਵੀ ਲਾਇਆ ਅਸੀਂ ਨੇ ਅਤੇ ਅਸੀਂ ਇੱਥੇ ਜਾਕਿਆਂ ਦਾ ਹੀ ਪ੍ਰੋਗਰਾਮ ਕੀਤਾ ਹੈਗਾ ਅਤੇ ਜੋ ਵੀ ਅਸੀਂ ਇੱਥੇ ਵੱਧ ਤੋਂ ਵੱਧ ਲੋਕ ਜਿਹੜੇ ਭਗਤ ਆ ਰਹੇ ਨੇ ਸੰਗਤ ਆ ਰਹੀ ਹੈ ਉਹਨਾਂ ਸੇਵਾ ਅਸੀਂ ਸਾਡੀ ਜਿਹੜੀ ਕਮੇਟੀ ਆ ਸਾਰੀ ਕਰ ਰਹੀ ਹੈਗੀ ਦਿਲੋਂ ਕਰ ਰਹੀ ਹੈਗੀ ਅਤੇ ਅਸੀਂ ਪੂਰੀ ਰੰਗਮਈ ਦੇ ਵਿੱਚ ਅਸੀਂ ਇਹ ਜਿਹੜਾ ਤਿਉਹਾਰ ਆ ਮਨਾ ਰਹੇ ਹੈਗੇ ਅਤੇ ਸਾਰੇ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਤੀ ਅਤੇ ਸੰਗਤਾਂ ਨੂੰ ਵੀ ਇੱਥੇ ਆਓ ਅਤੇ ਇੱਥੇ ਆ ਕੇ ਜਿਹੜਾ ਆਨੰਦ ਲਓ ਕ੍ਰਿਸ਼ਨ ਜੀ ਦਾ ਜਿਹੜਾ ਜਨਮ ਉਤਸਵ ਰਲ ਮਿਲ ਕੇ ਮਨਾਈਏ ਅਤੇ ਬਹੁਤ ਹੀ ਵਧੀਆ ਇੱਥੇ ਜਿਹੜਾ ਮਾਹੌਲ ਹੈ ਬਣਿਆ ਹੋਇਆ ਹੈਗਾ ਅਤੇ ਅਸੀਂ ਬਹੁਤ ਖੁਸ਼ ਹਾਂ ਜੋ ਸ਼ਹਿਰ ਨਿਵਾਸੀਆਂ ਤੋਂ ਜਿਹਨਾਂ ਸਾਨੂੰ ਸਾਰਿਆਂ ਨੇ ਸਹਾਇਤਾ ਕੀਤੀ ਸਹਿਯੋਗ ਕੀਤਾ ਸਾਰੇ ਸ਼ਹਿਰ ਨਿਵਾਸੀਆਂ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਫਿਰ ਕਰਦੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅੱਜ ਸ਼੍ਰੀ ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਹੁਤ ਹੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ ਜਿਸ ਵਿੱਚ ਗੋਲ ਗੱਪੇ ਦਹੀਂ ਬੜਾ ਅਤੇ ਟਿੱਕੀ ਦੇ ਲੰਗਰ ਖੁੱਲ੍ਹੇ ਚਲਾਏ ਗਏ ਅਤੇ ਭਗਤਾਂ ਨੇ ਪੂਰਾ ਆਪਣਾ ਇੰਜੋਏ ਕਰਕੇ ਸ਼ਰਧਾ ਨਾਲ ਮੱਥਾ ਟੇਕ ਕੇ ਆਪਣਾ ਸ਼੍ਰੀ ਕ੍ਰਿਸ਼ਨ ਜੀ ਦਾ ਭੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਜਿਹੜਾ ਜਨਮ ਤਿਉਹਾਰ ਹੈ ਬੜੇ ਹੀ ਧੂਮਧਾਮ ਨਾਲ ਜੋ ਹੈ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਮਨਾਇਆ ਗਿਆ ਹੈ ਬੜੀ ਸ਼ਰਧਾ ਨਾਲ ਲੋਕ ਆਏ ਨੇ ਅਤੇ ਮੰਦਿਰ ਦੇ ਵਿੱਚ ਪੂਰਾ ਇੰਤਜ਼ਾਮ ਸੀਗਾ ਲੋਕਾਂ ਦੇ ਲੰਗਰ ਔਰ ਸੇਵਾ ਵਾਸਤੇ ਬਹੁਤ ਹੀ ਧੂਮਧਾਮ ਨਾਲ ਜੋ ਹੈ ਪ੍ਰਾਚੀਨ ਸ਼ਿਵ ਮੰਦਿਰ ਵੱਲੋਂ ਜੋ ਹੈ ਇਹ ਤਿਉਹਾਰ ਮਨਾਇਆ ਗਿਆ ਹੈ ਇਸ ਵਾਰੀ ਜੀ ਸਾਨੂੰ ਜੋ ਹੈ ਦੁੱਗਣਾ ਕਸ਼ਟ ਇਕੱਠ ਜੋ ਹੈ ਮਹਿਸੂਸ ਹੋਇਆ ਹੈ ਕਿ ਲੋਕ ਬਹੁਤ ਆਏ ਨੇ ਜੀ 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 ਹਾਂ ਯਹਾਂ ਪੇ ਭਗਵਾਨ ਸ਼੍ਰੀ ਕ੍ਰਿਸ਼ਨ ਕਾ ਜੋ ਹੈ 56 ਪ੍ਰਕਾਰ ਕੇ ਭੋਗ ਵੀ ਜੋ ਹੈ ਭਗਵਾਨ ਕੋ ਲਗਤੇ ਹੈ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਕੀ ਬੜੀ ਅਪਾਰ ਕਿਰਪਾ ਹੈ ਕਿ ਹਮਾਰੇ ਜੋ ਹੈ ਪ੍ਰਾਚੀਨ ਸ਼ਿਵ ਮੰਦਿਰ ਕੇ ਜੋ ਮੈਂਬਰ ਹੈ ਉਹ ਸ਼ਰਧਾਵਾਨ ਹੈ ਔਰ ਭਕਤੀਵਾਨ ਵੀ ਹੈ ਇਸ ਲਈ ਜੋ ਹੈ ਬੜੀ ਧੂਮਧਾਮ ਸੇ ਜੋ ਹੈ ਪ੍ਰਾਚੀਨ ਸ਼ਿਵ ਮੰਦਿਰ ਕੇ ਅੰਦਰ ਭਗਵਾਨ ਸ਼੍ਰੀ ਕ੍ਰਿਸ਼ਨ ਕਾ ਜੋ ਹੈ ਜਨਮ ਦਿਵਸ ਮਨਾਇਆ ਜਾਂਦਾ ਹੈ